ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਕੈਰੀ ਸਪੀਕਸ 'ਤੇ। ਅਤੇ ਅੱਜ ਆਪਾਂ ਤੁਹਾਨੂੰ ਦੱਸਣਾ ਹੈ ਕਿ ਕੈਨੇਡਾ ਦੇ ਵਿੱਚ ਐਮਾਜੋਨ ਦਾ ਕੰਮ ਜਿਹੜਾ ਡਿਲੀਵਰੀਆਂ ਦਾ ਕੰਮ ਹੈ ਉਹ ਕਿੱਦਾਂ ਹੁੰਦਾ। ਠੀਕ ਆ, ਮੈਂ ਉਹੀ ਜੋਬ ਕਰਦਾ ਅਤੇ ਉਸ ਰਿਗਾਰਡਿੰਗ ਆਪਾਂ ਤੁਹਾਡੇ ਨਾਲ ਇਨਫੋ ਸ਼ੇਅਰ ਕਰਾਂਗੇ। ਫਿਲਹਾਲ ਦੇ ਵਕਤ ਕਾਫੀ ਹੱਦ ਤੱਕ ਡਿਲੀਵਰੀਆਂ ਮੈਂ ਕਰ ਚੁੱਕਿਆ, ਪਰ ਜਿਹੜੀਆਂ ਥੋੜ੍ਹੀਆਂ ਰਹਿ ਗਈਆਂ ਮੈਂ ਥੋੜ੍ਹਾ ਜਿਹਾ ਆਈਡੀਆ ਦੇ ਦਈਏ ਜਿਹੜੇ ਦੇਖਣਾ ਚਾਹੁੰਦੇ ਨੇ। ਸੋ ਇੱਦਾਂ ਕਰਕੇ ਆਪਣੇ ਕੋਲ ਵੈਨ ਹੁੰਦੀ ਹੈ, ਕੰਪਨੀ ਵਾਲੀ ਵੈਨ ਹੁੰਦੀ ਹੈ ਜਿਹਦੇ ਵੱਲੋਂ ਕੰਮ ਕਰਦੇ ਹਾਂ। ਸੋ ਇੱਥੇ ਐਮਾਜ਼ੋਨ ਦੇ ਅੱਡ ਅੱਡ ਕੰਟਰੈਕਟ ਅੱਡ ਅੱਡ ਕੰਪਨੀਆਂ ਕੋਲ ਹੁੰਦੇ ਨੇ, ਜਿਵੇਂ ਕਿ ਗੋਲੋ ਕੰਪਨੀ, ਇੰਟਰਕੌਮ ਕੰਪਨੀ, ਅੱਡ ਅੱਡ ਇੱਦਾਂ ਦੀਆਂ ਕੰਪਨੀਆਂ ਨੇ, ਅਤੇ ਸਭ ਦਾ ਅੱਡ ਅੱਡ ਹਿਸਾਬ ਕਿਤਾਬ ਹੁੰਦਾ ਪੈਸਿਆਂ ਦਾ। ਅਤੇ ਆਪਾਂ ਨੂੰ ਵੈਨ, ਤੇਲ ਸਭ ਕੁਛ ਕੰਪਨੀ ਵੱਲੋਂ ਹੁੰਦਾ। ਆਪਾਂ ਜਾ ਕੇ ਪਾਰਸਲ ਸੋਰਟ ਕਰਨੇ ਹੁੰਦੇ ਨੇ, ਵੈਨ 'ਚ ਰੱਖਣੇ ਹੁੰਦੇ ਨੇ ਸੀਕੁਐਂਸ ਵਾਈਜ਼, ਜਿਵੇਂ ਜਿਵੇਂ ਆਪਣਾ ਰੂਟ ਹੁੰਦਾ। ਇੱਕ ਐਪਲੀਕੇਸ਼ਨ ਹੁੰਦੀ ਆਪਣੇ ਕੋਲ, ਉਹਦੇ ਵਿੱਚ ਸਾਰਾ ਰੂਟ ਬਣ ਕੇ ਆ ਜਾਂਦਾ ਜਿੱਦਾਂ ਜਿੱਦਾਂ ਆਪਾਂ ਜਾਣਾ। ਬਸ ਉਹ ਐਪ 'ਚ ਦੇਖਦੇ ਦੇਖਦੇ ਹੀ ਆਪਾਂ ਜਾਂਦੇ ਰਹਿਣਾ ਅਤੇ ਆਪਣਾ ਸੀਕੁਐਂਸ ਵਾਈਜ਼ ਜਿਹੜੀ ਆ ਡਿਲੀਵਰੀਆਂ ਕਰਦੇ ਰਹਿਣਾ। ਬਾਕੀ ਹੁਣ ਮੈਂ ਤੁਹਾਨੂੰ ਨਾਲ ਨਾਲ ਦਿਖਾਵਾਂਗਾ ਡਿਲੀਵਰੀਆਂ ਕਰਕੇ। ਹੁਣ ਆਪਾਂ ਜਿਵੇਂ ਕਿ ਇੱਕ ਕਲੋਨੀ 'ਚ ਕਰ ਰਹੇ ਹਾਂ ਡਿਲੀਵਰੀਆਂ, ਸੋ ਇੱਥੇ ਕਿਵੇਂ ਡਿਲੀਵਰੀਆਂ ਹੁੰਦੀਆਂ ਨੇ ਉਹ ਤੁਹਾਨੂੰ ਮੈਂ ਦਿਖਾਵਾਂਗਾ, ਕੋਸ਼ਿਸ਼ ਕਰਾਂਗਾ ਦਿਖਾਉਣ ਦੀ, ਕਿਉਂਕਿ ਇਸ ਫੋਨ ਦੇ ਵਿੱਚ ਐਪ ਚਾਰੇ ਤਾਂ ਐਪ ਦਾ ਸੈਟਅਪ ਤਾਂ ਨਹੀਂ ਮੈਂ ਤੁਹਾਨੂੰ ਦਿਖਾ ਸਕਾਂਗਾ, ਬਟ ਉਂਝ ਮੈਂ ਤੁਹਾਨੂੰ ਥੋੜ੍ਹਾ ਬਹੁਤ ਆਈਡੀਆ ਦੇ ਦਾਂਗਾ ਕਿਸ ਤਰੀਕੇ ਨਾਲ ਆਪਣਾ ਡਿਲੀਵਰੀ ਜਿਹੜੀਆਂ ਨੇ ਉਹ ਹੁੰਦੀਆਂ ਨੇ। ਜਿੱਦਾਂ ਆਪਾਂ ਆ ਗਏ, ਸੋ ਕਈ ਕਲੋਨੀਆਂ ਦੇ ਵਿੱਚ ਤਾਂ ਆਪਾਂ ਸਾਈਡ 'ਤੇ ਪਾਰਕਿੰਗ ਲਾ ਸਕਦਾ, ਬਾਕੀ ਨਹੀਂ ਤਾਂ ਆਪਾਂ ਬੰਦੇ ਦੇ ਘਰ ਦੇ ਡਰਾਈਵੇ 'ਤੇ ਲਾ ਲਈ ਦੀ ਹੁੰਦੀ ਹੈ। ਸੋ ਆਪਾਂ ਪਾਰਸਲ ਚੱਕਣਾ, ਬਸ ਉੱਥੇ ਸੀਕੁਐਂਸ ਨੰਬਰ ਡਰੈਸ ਦੇਖਣਾ, ਠੀਕ ਹੈ, ਅਤੇ ਜਾ ਕੇ ਆਪਾਂ ਉੱਥੇ ਡੋਰ ਮੂਹਰੇ ਰੱਖ ਕੇ ਫੋਟੋ ਖਿੱਚ ਕੇ ਡਿਲੀਵਰ ਮਾਰ ਦੇਣਾ। ਸੋ ਚਲੋ ਕਰਦੇ ਹਾਂ ਡਿਲੀਵਰੀ। ਸੋ ਇੱਦਾਂ ਜਾ ਕੇ ਘਰ ਦੇ ਮੂਹਰੇ ਜਾ ਕੇ ਆਪਾਂ ਜਾ ਕੇ ਡਿਲੀਵਰ ਪਾਰਸਲ ਰੱਖ ਕੇ ਫੋਟੋ ਖਿੱਚ ਕੇ ਅਤੇ ਡਿਲੀਵਰ ਮਾਰ ਦੇਣਾ ਹੁੰਦਾ, ਇੰਨਾ ਕੰਮ ਕਰਨਾ ਬਸ ਇੱਥੇ ਜੀ। ਅਤੇ ਜਿਵੇਂ ਕਿ ਐਮਾਜੋਨ ਦੇ ਕੰਮ ਦੀ ਗੱਲ ਕਰਦੇ, ਜਿਹੜਾ ਕੰਮ ਮੈਂ ਕਰਦਾ ਹੁਣ, ਆਪਾਂ ਜੀ ਬ੍ਰੇਕ ਟਿਮ ਪੀ ਰਹੇ ਹਾਂ ਅਤੇ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਕੰਮ ਸ਼ੁਰੂ ਕਰਾਂਗੇ। ਇੱਕ ਰੂਟ ਮੈਂ ਕੰਪਲੀਟ ਕਰ ਚੁੱਕਿਆ, ਮਤਲਬ ਕਿ ਇੱਕ ਹੀ ਰੂਟ ਹੁੰਦਾ ਹਰ ਦਿਨ ਹਰੇਕ ਬੰਦੇ ਦਾ, ਪਰ ਜਿੱਦਾਂ ਕਿ ਕਈ ਵਾਰੀ ਰੈਸਕਿਊ ਕਰਨਾ ਪੈ ਜਾਂਦਾ ਨਾ, ਦੂਜੇ ਬੰਦੇ ਦਾ ਰੂਟ ਵੀ ਕਰਨਾ ਪੈ ਜਾਂਦਾ, ਤਾਂ ਹੁਣ ਆਪਾਂ ਦੂਜਾ ਰੂਟ ਕਰਨ ਲੱਗ ਗਿਆ। ਐਂਡ ਇਹ ਵੀ ਪੇਡ ਹੁੰਦਾ, ਅਨਪੇਡ ਨਹੀਂ ਹੁੰਦਾ, ਬਾਕੀ ਤੁਹਾਡੀ ਆਪਣੀ ਅੰਡਰਸਟੈਂਡਿੰਗ ਹੁੰਦੀ ਤੁਸੀਂ ਹਾਫ ਸ਼ੇਅਰ ਕਰਨਾ ਹੈ ਜਾਂ ਫਿਰ ਫੁੱਲੀ ਲੈਣਾ, ਉਹ ਤੁਹਾਡੀ ਹੁੰਦੀ ਹੈ। ਸੋ ਕੰਮ ਬਹੁਤ ਵਧੀਆ ਇਸ ਦਾ, ਮੈਂ ਇੰਟਰਕੌਮ ਕੰਪਨੀ 'ਚ ਕਰਦਾ, ਅੱਡ ਅੱਡ ਕੰਪਨੀਆਂ ਦੇ ਕੋਲ ਕੰਟਰੈਕਟ ਹੁੰਦੇ ਨੇ ਐਮਾਜ਼ੋਨ ਦੇ, ਜਿਵੇਂ ਇੰਟਰਕੌਮ ਕੋਲਰ ਜਾਂ ਫਿਰ ਹੋਰ ਵੀ ਕੰਪਨੀ ਹੁੰਦੀਆਂ ਨੇ। ਸਾਡੀ ਜਿਹੜੀ ਇੰਟਰਕੌਮ ਹੈ, ਇੱਥੇ ਜਿਹੜਾ ਪੇ ਦਾ ਹਿਸਾਬ ਕਿਤਾਬ ਹੈ ਉਹ ਪਰ ਪਾਰਸਲ ਹੁੰਦਾ, ਜਿਵੇਂ ਕਿ ਇੱਕ ਪਾਰਸਲ ਦੇ ਹਿਸਾਬ ਨਾਲ ਪੈਸੇ ਹੁੰਦੇ ਨੇ, ਜਿੰਨੇ ਉਹ ਆਪਾਂ ਇੰਨਾ ਡਿਸਕਸ ਨਹੀਂ ਕਰਾਂਗੇ, $1 $1.5 ਕੁਛ ਵੀ ਹੋ ਸਕਦਾ, ਠੀਕ ਆ। ਅੱਡ ਅੱਡ ਪੇ ਰੇਟ ਹੋ ਸਕਦਾ ਅਕੋਰਡਿੰਗ ਟੂ ਐਕਸਪੀਰੀਅੰਸ, ਜਿੰਨਾ ਟਾਈਮ ਹੋਗਾ ਤੁਹਾਨੂੰ ਕਰ ਦੇਣ, ਠੀਕ ਆ। ਸੋ ਬਾਕੀ ਜਿਹੜੀ ਹੋਰ ਕੰਪਨੀ ਹੁੰਦੇ ਨੇ ਉੱਥੇ ਫਿਕਸ ਹੁੰਦਾ, ਉੱਥੇ ਜਿਵੇਂ ਮੇਰਾ ਫਰੈਂਡ ਆ ਜਿਹੜਾ ਉਹ ਆਪਣਾ ਗੋਲਸ ਕਰਕੇ ਕੋਈ ਉਹਦੇ 'ਚ ਕਰਦਾ, ਉਹਦੇ $180 ਪਰ ਡੇ ਫਿਕਸ ਨੇ, ਚਾਹੇ ਜਿੰਨੇ ਮਰਜ਼ੀ ਟਾਈਮ ਲੱਗੇ, ਠੀਕ ਹੈ। ਅਤੇ ਪਾਰਸਲ ਵੀ ਉਹਨਾਂ ਦੇ ਜ਼ਿਆਦਾ ਹੁੰਦੇ ਨੇ, ਆਪਣੇ ਪਾਰਸਲ ਵੀ ਘੱਟ ਹੁੰਦੇ ਨੇ, ਪਾਰਸਲ ਘੱਟ ਹੋਣ ਕਰਕੇ ਹੀ ਇਹਦਾ ਹਿਸਾਬ ਕਿਤਾਬ ਮਤਲਬ ਕਿ ਡੋਲਰ ਦੇ ਹਿਸਾਬ ਨਾਲ, ਮਤਲਬ ਕਿ ਪਾਰਸਲ ਇੱਕ ਪਾਰਸਲ ਦੇ $1 ਜਾਂ $1.5 ਜਾਂ $1 20 ਸੈਂਟ, ਸੋ ਅਕੋਰਡਿੰਗ ਟੂ ਤੁਹਾਨੂੰ ਕਿਹਾ ਐਕਸਪੀਰੀਅੰਸ ਨਵੇਂ ਉਹ ਪੁਰਾਣੇ ਉਸ ਹਿਸਾਬ ਨਾਲ ਡਿਪੈਂਡ ਕਰਦਾ। ਅਤੇ ਪਾਰਸਲ ਇਸ ਦੇ ਵਿੱਚ ਘੱਟ ਹੀ ਹੁੰਦੇ ਨੇ ਇੰਟਰਕੌਮ 'ਚ ਐਜ਼ ਕੰਪੇਅਰ ਟੂ ਹੋਰ ਕੰਪਨੀਆਂ ਨਾਲ। ਐਂਡ ਹੋਰ ਗੱਲ ਕਰੀਏ ਤਾਂ ਜੇ ਮਤਲਬ ਕਿ ਤੁਸੀਂ ਟਾਈਮ ਹੋ ਗਿਆ ਤੁਹਾਨੂੰ ਕਰਦਿਆਂ ਨੂੰ, ਐਂ ਤੁਸੀਂ ਹਿੰਮਤੀ ਹੋ ਅਤੇ ਤੁਹਾਨੂੰ ਥੋੜ੍ਹਾ ਜਿਹਾ ਐਕਸਪੀਰੀਅੰਸ ਵੀ ਹੈਗਾ ਐਵੇਂ ਦੇ ਕੰਮ ਦਾ, ਤਾਂ ਸਪੀਡ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਤੁਸੀਂ ਕੋਈ ਬਹੁਤਾ ਕੰਮ ਨਹੀਂ, 5-6 ਘੰਟੇ ਦਾ ਕੰਮ ਹੁੰਦਾ ਸਾਰੇ ਦਿਨ 'ਚ, 5-6 ਘੰਟੇ 'ਚ ਕੰਮ ਕਰਕੇ ਵਿਹਲੇ ਹੋਈਦਾ। ਵਧੀਆ ਮਤਲਬ ਕਿ ਸੈਲਫ ਇੰਪਲੋਇਡ ਜਾਂਦਾ ਇਹ ਕੰਮ,
ਕਿਸੇ ਦੇ ਆਪਾਂ ਐ ਨਹੀਂ ਹੈਗਾ ਅੰਡਰ ਕੰਮ ਹੈ ਨਾ, ਜਾਂ ਕੋਈ ਇਹਦੇ ਵਿੱਚ ਐ ਨਹੀਂ ਹੈਗਾ ਕਿਉਂਕਿ ਪੱਕਾ ਟਾਈਮ ਹੈ, ਇੰਨੇ ਟਾਈਮ ਤੋਂ ਇੰਨਾ, ਉਹ ਕੁਝ ਨਹੀਂ। ਹਾਂ ਉਂਝ ਹੁੰਦਾ ਕਿ ਤੁਸੀਂ ਲਾ ਲਓ ਜਦੋਂ ਸਵੇਰੇ ਤੁਹਾਡਾ ਟਾਈਮ ਆ ਗਿਆ, ਇਹਦਾ ਟਾਈਮ ਕਿਵੇਂ ਹੈ, ਐਵੇਂ ਨਹੀਂ ਹੈ ਕੋਈ ਫਿਕਸ ਟਾਈਮ ਹੈ ਕਿ ਤੁਸੀਂ 9 ਵਜੇ ਪਹੁੰਚਣਾ, ਟਾਈਮ ਗਰੁੱਪ ਬਣੇ ਹੁੰਦੇ ਨੇ, ਉਹਦੇ ਵਿੱਚ ਟਾਈਮ ਆ ਜਾਂਦਾ ਵੀ ਹਾਂ ਹੁਣ ਟਰੱਕ ਆ ਚੁੱਕਿਆ, ਸੋਰਟਿੰਗ ਹੋ ਚੁੱਕਿਆ ਪਾਰਸਲ ਦੀ, ਅਤੇ ਤੁਸੀਂ ਆਪਣਾ ਰੂਟ ਲੈ ਕੇ ਤੁਸੀਂ ਜਾ ਸਕਦੇ ਹੋ। ਸੋ ਇਸ ਤਰੀਕੇ ਨਾਲ ਵਰਕ ਕਰਦਾ। ਬਾਕੀ ਲਾਸਟ ਟਾਈਮਿੰਗ ਮਤਲਬ ਰੂਟ ਖਤਮ ਕਰਨ ਦੀ ਟਾਈਮਿੰਗ ਉਹ ਵੀ 9-10 ਵਜੇ ਤੱਕ ਰਾਤ ਦੇ ਤੁਸੀਂ ਕਰ ਸਕਦੇ ਹੋ, ਬਟ ਇੰਨਾ ਟਾਈਮ ਕੋਈ ਨਹੀਂ ਲਾਉਂਦਾ। ਹਾਂ ਕੋਈ ਨਵਾਂ ਹੋਵੇ ਜਿਹਨੂੰ ਜਮਾਂ ਹੀ ਐਕਸਪੀਰੀਅੰਸ ਨਾ ਹੋਵੇ, ਹੋ ਸਕਦਾ ਇੰਨਾ ਟਾਈਮ ਲਾ ਦੇ, ਬਟ ਬਾਕੀ 5-6 ਘੰਟੇ ਦਾ ਕੰਮ ਹੁੰਦਾ। ਸੋ ਇੰਨਾ ਇੰਨਾ ਕੀ ਕੰਮ ਹੈ। ਬਾਕੀ ਇਸ ਤੋਂ ਬਾਅਦ ਤੁਸੀਂ ਹੋਰ ਕੰਮ ਵੀ ਕਰ ਸਕਦੇ, ਤੁਸੀਂ ਉੱਪਰ ਕਰ ਸਕਦੇ, ਸਕਿੱਪ ਕਰ ਸਕਦੇ। ਸੋ ਕਾਫੀ ਮਤਲਬ ਕਿ ਬੈਸਟ ਕੰਮ ਲੱਗਿਆ ਮੈਨੂੰ। ਹਾਲਾਂਕਿ ਇਸ ਕੰਮ 'ਚ ਕੋਈ PR ਦਾ ਸਕੋਪ ਜਾਂ ਕੋਈ ਫਿਊਚਰ ਦਾ ਕੋਈ ਸਕੋਪ ਨਹੀਂ ਹੈਗਾ, ਬਟ ਸਿੱਖਣ ਨੂੰ ਬਹੁਤ ਕੁਛ ਹੈ। ਡਰਾਈਵਿੰਗ ਸਕਿੱਲਸ ਕਾਫੀ ਇੰਪਰੂਵ ਹੁੰਦੀਆਂ ਨੇ, ਤੁਹਾਡੀ ਸਪੀਡ ਬਹੁਤ ਇੰਪਰੂਵ ਹੁੰਦੀ ਹੈ, ਠੀਕ ਹੈ। ਜਿਹੜਾ ਮੈਂ ਕਹਿ ਮੇਰੇ ਹਿਸਾਬ ਨਾਲ ਇੱਕ ਚੀਜ਼ ਇਹ ਵੀ ਹੈ ਵੀ ਤੁਹਾਡਾ ਮਾਇੰਡ ਵੀ ਇੰਪਰੂਵ ਹੁੰਦਾ ਇਹਦੇ ਨਾਲ, ਕਿੱਦਾਂ ਕਿ ਤੁਸੀਂ ਰੂਟ ਯਾਦ ਰੱਖਦੇ ਹੋ ਨਾ, ਤਾਂ ਉਹ ਮਾਇੰਡ ਮੈਪ ਜਿਹੜਾ ਤੁਸੀਂ ਕ੍ਰੀਏਟ ਕਰਦੇ ਰਹਿੰਦੇ ਹੋ ਹਰ ਟਾਈਮ, ਹਰ ਦਿਨ, ਹਰ ਰੂਟ 'ਚ, ਠੀਕ ਹੈ। ਉਹ ਚੀਜ਼ ਜਿਹੜੀ ਹੈ ਤੁਹਾਡਾ ਕਿਤੇ ਨਾ ਕਿਤੇ ਮਾਇੰਡ ਵੀ ਡਿਵੈਲਪ ਕਰਦੀ ਹੈ, ਤਾਂ ਇਨ ਫਿਊਚਰ ਨਾਲ ਤੁਸੀਂ ਟਰੈਕਿੰਗ ਲਾਈਨ 'ਚ ਜਾਂਦੇ ਹੋ, ਹੋਰ ਲਾਈਨ 'ਚ ਜਾਂਦੇ ਹੋ, ਉਹਦੇ 'ਚ ਕਾਫੀ ਬੈਨੀਫਿਸ਼ੀਅਲ ਹੋ ਸਕਦਾ, ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਚਾਹੇ ਵੈਨ ਦਾ ਹੀ ਐਕਸਪੀਰੀਅੰਸ ਹੈਗਾ ਕੰਮ ਕਰਨ ਦਾ ਸਪੀਡ ਨਾਲ, ਠੀਕ ਹੈ, ਤੁਹਾਨੂੰ ਡਰਾਈਵਿੰਗ ਦਾ ਐਕਸਪੀਰੀਅੰਸ ਹੋ ਗਿਆ, ਤੁਹਾਨੂੰ ਮਤਲਬ ਕਿ ਤੁਸੀਂ ਲੰਬੇ ਟਾਈਮ ਸੀਟ 'ਤੇ ਬਹਿ ਸਕਦੇ ਹੋ, ਇਸ ਦਿਨ ਐਕਸਪੀਰੀਅੰਸ ਹੋ ਜਾਏ ਤਾਂ ਅੱਗੇ ਜਾ ਕੇ ਟਰੈਕਿੰਗ ਲਾਈਨ 'ਚ ਵੀ ਤੁਸੀਂ ਈਜ਼ਲੀ ਜਾ ਸਕਦੇ ਹੋ, ਤਾਂ ਉੱਥੇ ਤੁਹਾਨੂੰ ਜ਼ਿਆਦਾ ਔਖਾ ਨਹੀਂ ਲੱਗੇਗਾ। ਸਿੱਖਣ ਨੂੰ ਹੈਗਾ ਕਾਫੀ ਕੁਛ, ਠੀਕ ਹੈ, ਕੰਮ ਵੀ ਵਧੀਆ, ਪੈਸੇ ਵੀ ਵਧੀਆ ਨੇ, ਸਭ ਕੁਛ ਬਹੁਤ ਵਧੀਆ, ਬਟ ਐਜ਼ ਅ ਫਿਊਚਰ ਤੁਸੀਂ ਇਹਨੂੰ ਕੰਸੀਡਰ ਨਹੀਂ ਕਰ ਸਕਦੇ, ਕਿਉਂਕਿ ਹਰੇਕ ਦਾ ਮੇਨ ਮੋਟਿਵ ਤਾਂ ਹੁੰਦਾ ਆਪਣਾ PR ਲੈਣ ਦਾ, ਠੀਕ ਹੈ, ਪਰਮਾਨੈਂਟ ਰੈਜ਼ੀਡੈਂਸੀ। ਸੋ ਉਹਦੇ ਵਾਸਤੇ ਤੁਹਾਨੂੰ ਕੋਈ ਸਕਿੱਲ ਜੋਬ, ਟ੍ਰੇਡ ਜੋਬ ਲੱਭਣੀ ਪੈਣੀ ਹੈ, ਜਿੱਦਾਂ ਦੇ ਮੌਜੂਦਾ ਹਾਲਾਤ ਨੇ ਕੈਨੇਡਾ ਦੇ, ਉਹਦੀ ਵੀ ਗੱਲ ਦੱਸਦਾ ਤੁਹਾਨੂੰ ਮੈਂ। ਹੁਣ ਫੂਡ ਸੈਕਟਰ ਦੇ ਵਿੱਚ ਜਿਵੇਂ ਆਪਣੀ ਪਹਿਲਾਂ ਹੋ ਜਾਂਦੀ ਸੀ ਸਿਕਿਉਰਟੀ ਵਾਲਿਆਂ ਦੀ, ਹੋ ਜਾਂਦੀ ਸੀ ਇੱਧਰ ਉੱਧਰ ਨਾ, ਛੋਟੇ ਮੋਟੇ ਕੰਮਾਂ 'ਚ PR ਹੋਈ ਜਾਂਦੀ ਸੀ, ਹੁਣ ਆਲਮੋਸਟ ਬੰਦ ਹੈ ਸਾਰੇ ਕਿਤੇ, ਔਲ ਓਵਰ ਕੈਨੇਡਾ, ਜਿੱਥੇ ਮਰਜ਼ੀ ਚਲ ਜਾਓ, ਰੂਰਲ 'ਚ ਚਲ ਜਾਓ, ਜਿੱਥੇ ਮਰਜ਼ੀ, ਜਿਹੜੀ ਮਰਜ਼ੀ ਪ੍ਰੋਵਿਨੈਂਸ, ਜਿਹੜੇ ਮਰਜ਼ੀ ਸ਼ਹਿਰ 'ਚ ਚਲ ਜਾਓ, ਸਭ ਕਿਤੇ ਸਭ ਕੁਝ ਬੰਦ ਹੈ। ਹੁਣ ਸਿਰਫ ਜ਼ਿਆਦਾਤਰ PR ਹੈਗੀ ਆ ਨਰਸਿੰਗ ਲੈਣ ਵਾਲਿਆਂ ਦੀ, ਠੀਕ ਹੈ, ਜਾਂ ਹੈਵੀ ਇਕਮੈਂਟ, ਜਿਨ੍ਹਾਂ ਨੂੰ ਜਿਵੇਂ ਵੱਡੀਆਂ ਮਸ਼ੀਨਾਂ ਚਲਾਉਣੀਆਂ ਆਉਂਦੀਆਂ ਨੇ, ਜਿਹਨਾਂ ਨੂੰ ਕਹਿੰਦੇ ਨੇ ਹੈਵੀ ਇਕਵਿਪਮੈਂਟ ਓਪਰੇਟਰ, ਜਾਂ ਫਿਰ ਲਾਈਟ ਡਿਊਟੀ ਕਲੀਨਰ, ਜਿਹੜੇ ਕਲੀਨਰ ਹੁੰਦੇ ਨੇ, ਉਹ ਕਲੀਨਰ ਮਤਲਬ ਕਿ ਆਮ ਨਹੀਂ, ਮਤਲਬ ਕਿ ਉਹਨਾਂ ਕੋਲ ਸਰਟੀਫਿਕੇਸ਼ਨ ਹੁੰਦਾ ਹੈ ਨਾ ਕੈਮੀਕਲ ਨਾਲ ਡੀਲ ਕਰਨ ਲਈ ਵੀ, ਇਹ ਸਭ ਕੁਛ, ਜਾਂ ਫਿਰ ਆ ਨਰਸਿੰਗ ਲਾਈਨ ਆ ਗਿਆ, ਕੰਸਟਰਕਸ਼ਨ ਦੀਆਂ ਟ੍ਰੇਡ ਆ ਗਈਆਂ ਸਾਰੀਆਂ, ਜਿੰਨੀਆਂ ਵੀ ਕੰਸਟਰਕਸ਼ਨ ਦੀਆਂ ਟ੍ਰੇਡ, ਚਾਹੇ ਉਹ ਕਾਰਪੇਂਟਰ ਹੈ, ਚਾਹੇ ਫਲੋਰ ਮੇਕਰ ਹੈ ਆਪਣਾ, ਫਿਰ ਪੇਂਟਰ ਹੈ, ਔਰ ਬ੍ਰਿਕਲੇਅਰ ਹੈ। ਸੋ ਜਿੰਨੀਆਂ ਵੀ ਨੇ ਕੰਸਟਰਕਸ਼ਨ ਦੇ ਵਿੱਚ ਟ੍ਰੇਡ, ਸਾਰੀਆਂ PR ਇਲੀਜੀਬਲ ਨੇ, ਜਿੰਨੀਆਂ ਵੀ ਹੈਲਥ ਕੇਅਰ 'ਚ ਨੇ ਸਭ ਇਲੀਜੀਬਲ ਨੇ। ਸੋ ਮੇਨਲੀ ਹੈਲਥ ਕੇਅਰ, ਮਕੈਨਿਕ, ਮਕੈਨੀਕਲ ਲਾਈਨ, ਇੰਜੀਨੀਅਰਿੰਗ ਲਾਈਨ, ਜਾਂ ਫਿਰ ਕੰਸਟਰਕਸ਼ਨ ਲਾਈਨ, ਇਹਨਾਂ 'ਚ ਹੁਣ ਮੌਜੂਦਾ PR ਹੈਗੀ ਆ, ਹੋਰ ਇਹਨਾਂ ਤੋਂ ਇਲਾਵਾ ਕਿਸੇ ਹੋਰ ਕੰਮ 'ਚ PR ਨਹੀਂ ਹੈਗੀ। ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਦੱਸਣਾ ਸੀ, ਥੋੜ੍ਹੀ ਜਿਹੀ ਕੰਮ ਬਾਰੇ ਦੱਸਣਾ ਸੀ, ਬਾਕੀ ਥੋੜ੍ਹਾ ਜਿਹਾ ਗੱਲਬਾਤ ਕਰਨੀ, ਕਾਫੀ ਟਾਈਮ ਬਾਅਦ ਹਾਲਾਂਕਿ ਵੀਡੀਓ ਆਈ ਹੈ, ਕਿਉਂਕਿ ਹੁਣ ਇਹ ਕੰਮ ਜਿਹੜਾ ਹੈਗਾ ਯੂਟਿਊਬ ਦਾ, ਹਾਲਾਂਕਿ ਕਰਨ ਵਾਲਾ ਬੰਦਾ ਕਰੀ ਵੀ ਜਾਂਦਾ ਹਿੰਮਤੀ ਨਾਲ ਨਾਲ ਟਾਈਮ ਕੱਢ ਕੇ, ਪਰ ਮੈਨੂੰ ਕੀ ਲੱਗਦਾ ਕਿ ਇਸ ਕੰਮ ਵਾਸਤੇ ਥੋੜ੍ਹਾ ਖੁੱਲ੍ਹਾ ਟਾਈਮ ਚਾਹੀਦਾ। ਹੁਣ ਜੇ ਤੁਸੀਂ 5-6 ਦਿਨ ਹਫ਼ਤੇ 'ਚ ਕੰਮ ਕਰ ਰਹੇ ਹੋ, ਐਂਡ ਤੁਸੀਂ ਆਪਣਾ ਆਪਣਾ ਵੀ ਮੈਨੇਜ ਕਰਨਾ ਨਾ, ਕੱਪੜੇ, ਲੀੜੇ, ਗਰੋਸਰੀ, ਸਭ ਕੁਛ ਆਪ ਹੀ ਕਰਨਾ ਹੁੰਦਾ ਇੱਥੇ, ਤਾਂ ਯੂਟਿਊਬ ਲਈ ਟਾਈਮ ਇੰਨਾ ਨਿਕਲਦਾ ਨਹੀਂ, ਕਿਉਂਕਿ ਇੰਨਾ ਸੌਖਾ ਕੰਮ ਇਹ ਹੈ ਨਹੀਂ ਕਿ ਮੈਂ ਬੋਲ ਕੇ ਵੀਡੀਓ ਪਾਤੀ, ਸਿਰਫ ਐਡੀਟਿੰਗ ਕਰਨੀ ਪੈਂਦੀ ਹੈ, ਠੀਕ ਹੈ, ਫਿਰ ਹੋਰ
ਕਈ ਚੀਜ਼ਾਂ ਨੇ ਜਿਹੜੇ ਟਾਈਮਿੰਗ ਦੇਖ ਕੇ ਪਾਉਣੀ ਪੈਂਦੀ ਆ, ਆਪਣਾ ਬਹੁਤ ਲੱਲਾ ਭੱਬਾ ਹੁੰਦਾ, ਐਡੀ ਸੌਖੀ ਵੀਡੀਓ ਚੱਲਦੀ ਨਹੀਂ ਯੂਟਿਊਬ 'ਤੇ, ਬੜੇ ਥੋੜ੍ਹੇ ਜਿਹੇ ਐਨਾਲਾਈਸਿਸ ਵੀ ਕਰਨੇ ਪੈਂਦੇ ਨੇ, ਥੋੜ੍ਹੇ ਜਿਹੇ ਮਤਲਬ ਕਿ ਐਨਾਲਾਈਸਿਸ ਕਿਸ ਹਿਸਾਬ ਨਾਲ ਵੀ ਕਿਸ ਤਰ੍ਹਾਂ ਦਾ ਟਾਈਟਲ ਜਾਂ ਕਿਸ ਤਰ੍ਹਾਂ ਦੇ ਹੈਸ਼ਟੈਗਸ ਯੂਜ਼ ਹੋਣਗੇ ਕਿਹੜੀ ਵੀਡੀਓ 'ਚ, ਕਿਸ ਤਰ੍ਹਾਂ ਦਾ ਕਵਰ ਯੂਜ਼ ਹੋਏਗਾ। ਸੋ ਇਹ ਥੋੜ੍ਹੇ ਚੀਜ਼ਾਂ ਨੂੰ ਟਾਈਮ ਲੱਗਦਾ, ਟਾਈਮ ਮੰਗਦੀ ਆ, ਸੋ ਇੰਨਾ ਟਾਈਮ ਨਿਕਲ ਨਹੀਂ ਪਾਉਂਦਾ ਜਾਂ ਫਿਰ ਕਹਿ ਲਓ ਕਿ ਕੱਢ ਨਹੀਂ ਪਾਈਦਾ। ਸੋ ਜਦੋਂ ਥੋੜ੍ਹਾ ਜਿਹਾ ਖੁੱਲ੍ਹਾ ਟਾਈਮ ਮਿਲਿਆ ਤਾਂ ਵੀਡੀਓ ਪਾਉਂਦੇ ਰਹਾਂਗੇ, ਬਾਕੀ ਹੋਰ ਵੀ ਜਿੰਨੀ ਵੀ ਜਾਣਕਾਰੀ ਇਹ ਤੁਹਾਨੂੰ ਦੱਸਦੇ ਰਹਾਂਗੇ। ਸੋ ਧੰਨਵਾਦ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਜਿਹਨਾਂ ਨਾਲ ਤੁਸੀਂ ਕਰ ਸਕਦੇ ਹੋ। ਸੋ ਥੈਂਕ ਯੂ ਵੈਰੀ ਮੱਚ।